दीन के तो शाद के तो कबीर मरता मरता जग मुआ कबीर मरता मरता जग मुआ मारी पीना जाने को ऐसी मरनी जो मरे बाहर न मरना हो मन जेड़े लेखे लांदे देश लई जिंद कोल कमांदे तन मन तन मन तन मन तन मन तन मन जेड़े लेखे लांदे देश लई जिंद कोल कमांदे अपने खून दा रंग चढ़ांदे परलो तक नहीं लैंदा अमर शहीदां दा ओना दुनिया ते रहंदा अमर शहीदां दा ओना दुनिया ते रहंदा मरने दा चा दिल विच साडे 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 मरने दा चा दिल विच साडे सबक जो एहो पढ़दे सिर अपने नू रख तली ते गली यार दी वरदे मरने दा चा दिल विच साडे सबक जो एहो पढ़दे सिर अपने नू रख तली ते गली यार दी वरदे जिस्म जिन्ना दा बालण बन के जिस्म जिन्ना दा बालण बन के जुल्म पठी विच डहिंदा अमर शहीदां दा अमर शहीदां दा मां दुनिया ते रहिंदा बिरथा खून शहीदां दा नहीं जांदा बिरथा खून शहीदां दा नहीं जांदा ते जिथे डोलदा जोग पलटा देवे ए खून बरूद दी चिणग बन के ते सीने जजवियां दे लांबू ला देवे ए चढ़े तूफान शांत करदा ते किधरे ए पुचाल लिया देवे ए खून मनुखता लई टीका ते कौमां मुर्दियां विच जिंदगी पा देवे उहनां दा जग ते सफल हुंदा देश कौम दे कम जो आ जांदे ते अमर रहिंदे मर के जीवन दी जाच सिखा जांदे दीवा कौम ते अणखीदार जगदार
ਜਗਾ ਤੇਲ ਦੀ ਖੂਨ ਨੇ ਪਾ ਜਾਂਦੇ ਹੋ ਕਦੇ ਕਿਸੇ ਤੂੰ ਪਾਣੀ ਤੋਂ ਨਾ ਬੁਝਦੀ ਜਿਹੜੀ ਜੋਤ ਸ਼ਹੀਦ ਜਗਾ सेवा देश दी जिंदड़ी है बड़ी औखी गल्लां करनियां ढेर सुखालियां ने जिन्ना देश सेवा विच पैर पाया जिन्ना देश सेवा विच पैर पाया ओना लख मुसीबतां झल्लियां ने ओना लख मुसीबतां ਝੱਲੀਆਂ ਨੇ ਕਿਹਾ ਚੜਕੜੀ ਨੂੰ ਜਿਨ੍ਹਾਂ ਨੇ ਅਸੀਂ ਫਲਾਦੀ ਬੰਦੇ ਸਾਨੂੰ ਛਿੱਲਣ ਲਈ ਆਪਣੇ ਤਿੱਖੇ ਕਰ ਲੈ ਦਿੰਦੇ ਕਿਹਾ ਚੜਕੜੀ ਨੂੰ ਜਿਨ੍ਹਾਂ ਨੇ ਕਿਹਾ ਚੜਕੜੀ ਨੂੰ ਜਿਨ੍ਹਾਂ ਨੇ ਅਸੀਂ ਫਲਾਦੀ ਬੰਦੇ ਸਾਨੂੰ ਛਿੱਲਣ ਲਈ ਆਪਣੇ ਤਿੱਖੇ ਕਰ ਲੈ ਦਿੰਦੇ ਸਿੱਖਣਾ ਕਰੋ ਗੁਲਾਮ ਕਿਸੇ ਨੂੰ ਸਿੱਖਣਾ ਕਰੋ ਗੁਲਾਮ ਕਿਸੇ ਨੂੰ ਨਹੀਂ ਗੁਲਾਮੀ ਸਹਿੰਦਾ ਅਮਰ ਸ਼ਹੀਦਾਂ ਦਾ ਦੁਨੀਆ ਤੋਂ ਰਹਿੰਦਾ ਅਮਰ ਸ਼ਹੀਦਾਂ ਦਾ ਦੁਨੀਆ ਤੋਂ ਰਹਿੰਦਾ ਸਿੱਖ ਦੀ ਹਸਤੀ ਮੇਟਣ ਨੂੰ ਜ਼ਾਲਮ ਸਰਕਾਰਾਂ ਹੰਬੀਆਂ ਤੂੰ ਪਾੜ ਕੇ ਥੱਕੀ ਆਰੇ ਸਿਰ ਤੇ ਚੱਲੀਆਂ ਰੰਬੀਆਂ ਸਿੱਖ ਦੀ ਹਸਤੀ ਮੇਟਣ ਨੂੰ ਹੋ ਸਿੱਖ ਦੀ ਹਸਤੀ ਮੇਟਣ ਨੂੰ ਸਿਰ ਜ਼ਾਲਮ ਸਰਕਾਰਾਂ ਹੰਬੀਆਂ ਸਿੱਖ ਦੀ ਹਸਤੀ ਮੇਟਣ ਨੂੰ ਹੋ ਸਿੱਖ ਦੀ ਹਸਤੀ ਮੇਟਣ ਨੂੰ ਜ਼ਾਲਮ ਸਰਕਾਰਾਂ ਹੰਬੀਆਂ ਸਿਰ ਤੇ ਚੱਲੀਆਂ ਰੰਬੀਆਂ ਸੰਗਤੇ ਸਿਰ ਤੇ ਚੱਲੀਆਂ ਰੰਬੀਆਂ ਧਰਮ ਦੀ ਖਾਤਰ ਹੱਸ ਕੇ ਆਪਣਾ ਬੰਦ ਕਟਵਾਇਆ ਧਰਮ ਜਮਹੂਰਾਂ ਨਾਲ ਜਿਨ੍ਹਾਂ ਨੇ ਆਪਣਾ ਢੰਚ ਰਵਾਇਆ ਧਰਮ ਦੀ ਖਾਤਰ ਹੱਸ ਕੇ ਆਪਣਾ ਬੰਦ ਕਟਵਾਇਆ ਧਰਮ ਜਮਹੂਰਾਂ ਨਾਲ ਆਪਣਾ ਜਿੰਨਾ ਢੰਚ ਰਵਾਇਆ ਦਿਲ ਪੁੱਤਰ ਦਾ ਸੁਣਿਆ ਤੱਕਿਆ ਬਾਪ ਦੇ ਮੂੰਹ ਵਿੱਚ ਪੈਂਦਾ ਅਮਰ ਸ਼ਹੀਦਾਂ ਦਾ ਦੁਨੀਆ ਤੋਂ ਰਹਿੰਦਾ ਅਮਰ ਸ਼ਹੀਦਾਂ ਦਾ ਦੁਨੀਆ ਤੋਂ ਰਹਿੰਦਾ ਪੰਥ ਮਨਸੂਰਾ ਦਾ ਪਲਦਾ ਸਾਡੇ ਵਜੇ ਵੀ ਖਲ ਲੁਹਾ ਸਕਦੇ ਜੀਓ ਤੇ ਕੀ ਮਾਨ ਤਵਰੇਜ ਦੀ ਖਲਦਾ ਸਿੰਘ ਪਿੱਛੋਂ ਦਸ਼ਮੇਸ਼ ਦਾ ਸਿੰਘ ਸਜਦਾ ਤੇ ਪਹਿਲਾ ਸੀਸ ਨਜਰਾਨੇ ਵਿੱਚ ਖਲਦਾ
ਉਹਨਾਂ ਬਾਗਾਂ ਵਿੱਚ ਕੰਮ ਕੀ ਪੱਤ ਚੜਾਂਦਾ ਤੇ ਜਿੱਥੇ ਖੂਨ ਸ਼ਹੀਦਾਂ ਦਾ ਚੱਲਦਾ ਜਿਸਨੂੰ ਲੋਕੀ ਚੇਤੇ ਕਰਦੇ ਕਰਦੇ ਚੇਤੇ ਕਰਦੇ ਕਰਦੇ ਚੇਤੇ ਕਰਦੇ ਉਹ ਜਿਸਨੂੰ ਲੋਕੀ ਚੇਤੇ ਕਰਦੇ ਉਹ ਮਰ ਕੇ ਨਹੀਂ ਸੰਗਤੇ ਉਹ ਮਰ ਕੇ ਨਹੀਂ ਸੂਰਿਓ ਉਹ ਮਰ ਕੇ ਨਹੀਂ ਮਰਦਾ ਸਿਰ ਆਪਣੇ ਦਾ ਦੀਪ ਜਗਾ ਕੇ ਹੈ ਜੋ ਚਾਨਣ ਕਰਦਾ ਜਿਸਨੂੰ ਲੋਕੀ ਚੇਤੇ ਕਰਦੇ ਉਹ ਮਰ ਕੇ ਨਹੀਂ ਮਰਦਾ ਸਿਰ ਆਪਣੇ ਦਾ ਦੀਪ ਜਗਾ ਕੇ ਜੋ ਹੈ ਚਾਨਣ ਕਰਦਾ ਸੱਚੀ ਗੱਲ ਸੰਗਤ ਤਾਈ ਸੱਚੀ ਗੱਲ ਸੰਗਤ ਤਾਈ ਮੋਰਾਂ ਵਾਲੀਆ ਢਾਡੀ ਮੋਰਾਂ ਵਾਲੀਆ ਢਾਡੀ ਮੋਰਾਂ ਵਾਲੀਆ ਕਹਿੰਦਾ ਅਮਰ ਸ਼ਹੀਦਾਂ ਦਾ ਦੁਨੀਆ ਤੋਂ ਰਹਿੰਦਾ ਅਮਰ ਸ਼ਹੀਦਾਂ ਦਾ ਦੁਨੀਆ ਤੋਂ ਰਹਿੰਦਾ ਅਮਰ ਸ਼ਹੀਦਾਂ ਦਾ ਦੁਨੀਆ ਤੇ ਰਹਿੰਦਾ ਤੋਸੋ ਨਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤਿਹਾਰੀ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵੇ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੈ ਸੋ ਗੁਰੂ ਗ੍ਰੰਥ ਪੰਥ ਸ਼ਹੀਦ ਮਰੀਦ ਪਿਆਰੇ ਸਚਿਆਰੇ ਹਠੀਏ ਜਪੀਏ ਤਪੀਏ ਨਿਹੰਗ ਸਿੰਘ ਭੁਚੰਗ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਵੀ ਨਹੀਂ ਲੁਕੋਇਆ ਉਹ ਦਾਤਾਂ ਉਹ ਬਰਕਤਾਂ ਉਹ ਬਖਸ਼ਿਸ਼ਾਂ ਉਹ ਰਹਿਮਤਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਨਾਜ਼ਲ ਹੋਈਆਂ ਆਪਣੇ ਪੰਥ ਨੂੰ ਆਪਣੇ ਖਾਸ ਉਲ ਖਾਸ ਰੂਪ ਖਾਲਸਾ ਮੇਰੋ ਰੂਪ ਹੈ ਖਾਸ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਨੂੰ ਲੱਭਣਾ ਨਾ ਤੇ ਮੈਂ ਕਿੱਥੇ ਰਹਿਣਾ ਖਾਲਸੇ ਮੈਂ ਹਾਂ ਕਰੋ ਨਿਵਾਸ ਤੇ ਮੈਂ ਆਪਣੇ ਖਾਲਸੇ ਪੰਥ ਦੇ ਵਿੱਚ ਵੱਸਦਾ ਉਹ ਖਾਲਸੇ ਪੰਥ ਦੇ ਜੰਗੀ ਯੋਧੇ ਉਹ ਜੰਗੀ ਜਰਨੈਲ ਸੰਗਤ ਜੀ ਮਰਦ ਤਿੰਨ ਅੱਖਰੀ ਨੇ ਪਰ ਵਿਦਵਾਨ ਕਹਿੰਦਾ ਮਰਦ ਅਤੇ ਕਰਦ ਇਹ ਦੋਵਾਂ ਦਾ ਸੁਮੇਲ ਏ ਉਹ ਕਹਿੰਦਾ ਮਰਦ ਕਰਦ ਬਿਨ ਜੇ ਦੋਨੋਂ ਰਲ ਕੇ ਨਾ ਤੁਰਨ ਆਪਸ ਦੇ ਵਿੱਚ ਮੇਲ ਢੁਕਵਾਂ ਨਾ ਬੈਠੇ ਤੇ ਬਾਤ ਬਣੇ ਨਹੀਂ ਸਕਦੇ ਮਰਦ ਯੋਧੇ ਤੇ ਯੋਧੇ ਵੀ ਐਸੇ ਸੁਣਦੇ ਪੜ੍ਹਦੇ ਇਤਿਹਾਸ ਦੇ ਵਿੱਚ ਲੋਕੀ ਕਿ ਇਹਨਾਂ ਬੰਦ ਬੰਦ ਕਟਵਾਏ ਹੋਏ ਆ ਉਹ ਕੋਈ ਪੜ੍ਹ ਕੇ ਤੇ ਵੇਖੋ ਇਤਿਹਾਸ ਯਾਰੋ ਇਹਨਾਂ ਸਿਰਾਂ ਤੇ ਆਰੇ ਚੜਾਏ ਹੋਏ ਆ ਔਰ ਉਹ ਐਸ ਯੁੱਗ ਦੇ ਵਿੱਚ ਵੀ ਸੱਤ ਕਰਕੇ ਵਿਖਾਤਾ ਜ਼ਾਲਮ ਤਸੀਹੇ ਦੇ ਰਹੇ ਆ ਜਰਨੈਲ ਕੀ ਹੁੰਦੇ ਆ ਸੰਗਤ ਜੀ ਇਹ ਛੰਦੜਾ ਨਗਰ ਦੁਨੀਆ ਦੇ ਨਕਸ਼ੇ ਤੇ ਵਿਸ਼ਵ ਦੇ ਅੰਦਰ ਸਾਰੇ ਸੰਸਾਰ ਦੇ ਅੰਦਰ ਜਿਸ ਨਗਰੀ ਦੀਆਂ ਧੁੰਮਾਂ ਪਈਆਂ ਉਹ ਭਾਈ ਸਾਹਿਬ ਮਹਾਨ ਸ਼ਹੀਦ ਓਏ ਸੂਰਬੀਰ ਬਚਨ ਕੇ ਬਲੀ ਔਰ ਮਹਾਰਾਜ ਦੀ ਬਾਣੀ ਜਿਨ੍ਹਾਂ ਦੇ ਰੋਮ ਰੋਮ ਵਿੱਚ ਰਚੀ ਹੋਈ ਆ ਐਸਾ ਉੱਚਾ ਸੁੱਚਾ ਜੀਵਨ ਕਿਰਤ ਕੀਤੀ ਉਹਦੇ ਵਿੱਚ ਸਿਰਾ ਲਾਇਆ ਤੇ ਜਿੱਦਣ ਫਿਰ ਸ਼ਾਸਤਰ ਚੁੱਕ ਕੇ ਤੁਰ ਪਏ ਸੰਗਤ ਜੀ ਅੰਤਲੇ ਸਾਹਾਂ ਤੱਕ ਜ਼ਾਲਮ ਸੀ ਹਾਏ ਉਫ ਇਹ ਨਹੀਂ ਕਟਵਾ ਸਕਿਆ
पुरातन गुरु के लाला ने जो इतिहास अपने आप नूं दोहराउंदा अज भी दोहराया जा रहा। खालसा जी बाबे के बाबर के दो धन गुरु गोबिंद सिंह साहब महाराज आप लिखते हैं, आप करे परमेश्वर सो जो बाबे के दान न दे हैं तिन ते गए बाबर के ले हैं। बाबे के बैठे हो पंथ दियां और सत्कार हस्तियां महान गुरु के लाल पिंडरां वाला टाइगर फोर्स संगा ग्रुप सरकार योग बाबा जी बाबा गुरबचन सिंह जी मानोचाल साहब वह भी सत्कारत ने। खालसा जी भाई साहेब सुखजिंदर सिंह जी संघा वह भी सत्कार योग ने, ते जरनल साहब शहीद भाई रिशपाल सिंह जी चंदड़ा चंदड़िया वाले ओ नगर निवासी सच्चाई और दुहाई रब दी दुनिया दे संसार दे इन्ने उच्चे ते सुच्चे जीवन वाला और अपने नगर नूं दुनिया दे अंदर संसार दे अंदर चमकाउन वाला ओ गुरु का लाल उन्हां दी याद विच उन्हां नूं अकीदत अदब सत्कार देण दे लई सारे जुड़ के बैठे हो। पंथ दियां सत्कार शख्सियतां ओ वीर जिनी अपने पिंडे ते बड़ा कुछ हंडाया ते हंडा रहे ने अज भी इधर उधर नहीं अज भी सीधे जालम दी हिक विच बजन वाले ओ मर्द योधे तुसीं बैठे हो। सत्कार योग जथेदार साहेब सिमरनजीत सिंह जी मान साहेब गुरु खालसा जी महाराज की कृपा सरदार जसकरन सिंह जी कान सिंह वाला महाराज दियां मेहरां एदां ही दल खालसा तो कमरपाल सिंह जी वो हाजरियां देन आए ने वीर अमरीक सिंह जी होरी होर पंथ दियां गुरु के ओ जंगी जरनैल बाबा बखीर सिंह जी होर गुरमुख प्यारे भाई साहिब भाई दलजीत सिंह जी बिट्टू उन्हां दे नाल मुहब्बत करन वाले प्यारियां प्यारियां शख्सियतां जुड़ के बैठे हो। बरगाड़ी मोर्चे दे अंदर जिन्हां ने बड़मुल्लियां सेवावां निभाईआं खालसा जी जरनल साहब महान योधे महान सूरमे सूरबीर जिन्हां नूं एक बारी नहीं ए नगरी नूं ए मिट्टी नूं जदों आके उतरियां ना सब तो पहला ऐ चुक के धूड़ मत्थे नूं लाई आ ते मैनूं बोल चेते आए चुक चुक धूड़ मत्थे लावा उन्हां राहां दी मैं ओए जिन्नी राही आए ए शहीद मेरी कौम दे वारे वारे जावा ज इन्हां सिख मावां उतों जिन्नी कुखों जाए आ शहीद मेरी कौम दे सूली फांसी चरखड़ी ते आ रहियां दे दंदे तक और रता कबराहे ना शहीद मेरी कौम दे एक दो नी सैकड़े हजार शहीद भाई जगदीश सिंह जी झूरा शहीद भाई रणजीत सिंह जी छंदड़ा एदां ही भाई सुखजिंदर सिंह जी संघा साहिब और बाबा एकाम कहनी करनी दे पूरे महान योधे महान जरनैल खालसा जी एक गल ते हर कोई जानदा ओ कौमां जिउंदियां नाल कुर्बानियां दे एक गल ते हर कोई जानदा ए कौमां जिउंदियां नाल कुर्बानियां दे पर संत जरनैल सिंह किसे नहीं बन जाना लखां बच्चे ने खालिस्तानियां दे ओ संत संत ही नहीं ते सपाही भी ओ बाबा एकाम जिन्हां दे एक एक बोल ते अज भी सीस तली ते धरके तुरन वाले ए मर्दे मजाहिद तुसी सारे योधे योधियां दा काफला गुरु की गोद दे अंदर सज के बैठे हो जुड़ के बैठे हो आओ उन्हां शहीदां नूं चढ़दी कला दे अंदर फतेह गजा के पन्ना अदब करिए जिन्ना अदब करिए ओना ही थोड़ा सच जिहड़ा सच नाल जुड़दा सत नाल जुड़दा ओ संत भी है ते ओ सपाही भी है सत नाल जुड़न वाला ते सच दे नाल जुड़िया होए ही
शहादत दा जाम ओई लवा लब बकुन ओई भर भर के पींदा पीना जाम शहादत वाला नहीं सुखाला ए सौखा नहीं क्योंकि शहीदां दी बस्ती बनदी नहीं सस्ती ए बनदी आ ताइयो मिटाइए जे हस्ती मिटाइए जे हस्ती हस्ती मिटाउणी पैंदी है मिटणा पैंदा विद्वान कहिंदा कहिंदा मिटा दे अपनी हस्ती को अगर किस मर्तबा चाहे के दाना खाक में मिलकर गुरे गुरजार होता है दाना मिट्टी विच मिलके ओ पौधा बन जांदा एदां ही अपनी हस्ती नूं मिटा दे हां पहला मरण कबूल जीवन की छड्यास ओहो सबना की रेणुका तो आओ हमारे पास लोकी कहिंदे आओ आओ जीना सिखाइए मारे कहते गुरु के प्यार तेन मरना सिखावा जिस मरने ते जग डर है मेरे मन आनंद मरने ही ते पाई पूर्ण परम आनंद जे पूर्ण परम आनंद की प्राप्ति ओ मरना की है ओ मौत की है खालसा जी हुणे गुरु के कीर्तनी है भाई साहब जी आप जी नु कीर्तन सरवण करवा रहे सी आप जी ने प्यार दे अंदर डग मग छाड़ रहे मन बौरा गुरबाणी कीर्तन सरवण कीता आओ उन्हां शहीदां योधियां नु उन्हां मर्दां नु हाथ बन के दिलों प्रणाम करिए उन्हां नु अदब अकीदत दे नाल झुक के शहीदों सिंह तुहाडा कदे असी देण नहीं दे सकदे सच्चा पैरां विच जिन्हां सरदारी नू रोलिया तुसीं अपने जीवन अपनी जिंदगी ही नहीं अज भी जाके घर ते वेखो भाई रिशपाल सिंह जी दा चुल्लियां विच घा उग गए वीरो इन्हां शहीदां ने इन्हां योधियां ने अपने लिए अपने परिवार लिए नहीं जो कुछ कीता पंथ वास्ते कीता गुरु ग्रंथ वास्ते गुरु पंथ वास्ते ते फिर ओए पंथ दे योधियो आओ उन्हां मर्दां नूं उन्हां गुरु के लाला नूं गर्ज के फतेह गजाइए ते आखिए शहीदों सिंघो वाहिगुरु जी का खालसा वाहिगुरु जी की फतेह एक विद्वान कहिंदा एक शां दे वांगू शां है जिंदगी पर असल दे अंदर तां है जिंदगी ओए मर के भी जिस दा नां है जिंदगी उस जिंदगी दा नां है जिंदगी मर के भी कहिंदे सच दे लई मर मिटण वाला ओ मर के भी नहीं मरदा साडा एक नगमा भी बाबा जी वास्ते ओ गाया सी जेड़े मरते काम लई ओ ता मर के भी नहीं मरदे जेड़े मरदे काम लई ओ ता मर के भी नहीं मरदे संत पिंडरा वालिया नूं लोकी एवें याद नहीं करदे संत पिंडरा वालिया नूं लोकी एवें याद नहीं करदे ओ सिक्खी दात गोबिंद सिंह दी हो सिक्खी दात गोबिंद सिंह दी लईए सरबटे सरदारा सिक्खी दात गोबिंद सिंह दी लईए सरबटे सरदारा सिक्खी नूं मेट दिया होइया खत्म कई सरकारा सिक्खी नूं मेट दिया होइया खत्म कई सरकारा संत पिंडरा वालियां नूं लोकी एवें याद नहीं करदे संत सिपाहियां नूं लोकी एवें याद नहीं करदे सिक्खी दे बूटे नूं छांग दे तुर गए मुगल इस्लामी पर इन्हां संत सिपाहियां नूं आउंदी झलणी नहीं गुलामी कम गैरत वाले जो अणखी मर्दां बाज नहीं सरदे मुर्दे मैं पहला भी आख्या सी मर्द करद बिन गर्द मर्द बिन करद कमी मर्द करद बिन गर्द ते मर्द बिन करद कमी मर्द ही शास्त्र चुकणगे मुर्दे थोड़ी चुकदे
ਮਰਦਾਂ ਦੇ ਸੇ ਆਉਂਦਾ। ਖਾਲਸਾ ਜੀ, ਮਰਦ ਕਰਦ ਬਿਨ ਕਰਦ, ਮਰਦ ਬਿਨ ਕਰਦਨ ਕੰਮੀ, ਮਰਦ ਧਰਮ ਦੀ ਛੱਤ, ਕਰਦ ਸਾਈਡ ਥੰਮੀ, ਕਰਦ ਛੱਤ ਹੇਠਾਂ ਥੰਮੀ, ਮਰਦ ਕਰਦ ਇਤਫਾਕ ਕਰੇ ਦੁਨੀਆਂ ਪਲਟਾਵੇ, ਤੇ ਮਰਦ ਕਰਦ ਕੇ ਗੀਤ ਸਦਾ ਕਵੀ ਚਾਤਰ ਗਾਵੇ। ਮਰਦ ਕਰਦ ਕੋ ਲਾਜ ਹੈ ਜੇ ਮੁਖ ਮੋੜੇ ਖੇਤ ਚੋਂ, ਜੇ ਮੂੰਹ ਮੋੜੇ ਨਾ ਕਿਤੇ ਖੇਤ ਚੋਂ, ਰਣ ਚੋਂ, ਮੈਦਾਨ ਚੋਂ। ਮਰਦ ਕਰਦ ਕੋ ਲਾਜ ਹੈ ਜੇ ਮੁਖ ਮੋੜੇ ਖੇਤ ਚੋਂ, ਪਰ ਕਰੇ ਤਹੀਆ ਜੇ ਕਦੇ ਤਾਂ ਮਰਦ ਤੇਲ ਨਿਕਾਲਣ ਰੇਤ ਚੋਂ, ਰੇਤ ਵਿੱਚੋਂ ਵੀ ਤੇਲ ਕੱਢ ਦਿੰਦੇ ਆ। ਔਰ ਕੱਢ ਕੇ ਵਿਖਾਇਆ ਗੁਰੂ ਕੇ ਲਾਲ, ਜਿੱਥੇ ਪਹਿਲਾਂ ਜੁੜ ਕੇ ਬੈਠੇ ਹੋ, ਮੁਆਫੀ ਚਾਹੁੰਦਾ। ਸ਼ਾਇਦ ਕਈਆਂ ਦੇ ਨਾਮ ਨਾ ਦਾਸ ਜਾਣਦਾ ਹੋਵੇ। ਹੁਣੇ ਹੁਣੇ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਜੀ, ਉਹ ਵੀ ਹਾਜ਼ਰ ਹੋਏ। ਮਨ ਸਾਹਿਬ ਵੀਰੋ, ਇੱਕਜੁੱਟ ਹੋਣਾ ਪੈਣਾ ਹੀ ਹੋ। ਕੱਲੀ ਉਂਗਲ ਕਿਸੇ ਨੂੰ ਮਾਰਿਆ ਕੁਝ ਨਹੀਂ ਬਣਨਾ, ਐਂ ਕਸੁੰਨ ਬਣਾਉਣਾ ਪੈਣਾ। ਹੱਥ ਬਣ ਕੇ ਬੇਨਤੀ ਹੈ, ਵੇਖੋ ਸੰਪੂਰਨ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਆ। ਘੱਟ ਬੰਦਾ ਹੈ ਹੀ ਅਧੂਰਾ, ਪੂਰਾ ਤੇ ਪਰਮੇਸ਼ਰ ਆ। ਪਰ ਜਿਹੜੇ ਇੱਕ ਸੋਚ ਦੇ ਧਾਰਨੀ ਨੇ, ਉਹਨਾਂ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਣਾ ਚਾਹੀਦਾ। ਅੱਜ ਸਮਾਂ ਮੰਗ ਕੀ ਕਰਦਾ ਵੇਖੋ, ਉਹ ਸੈਂਟਰ ਟਸ ਤੋਂ ਮਸ ਨਹੀਂ ਹੋ ਰਿਹਾ। ਕਾਰਨ ਕੀ? ਉਹਨਾਂ ਨੂੰ ਪਤਾ ਵੀ ਇਹਨਾਂ ਦੇ ਘਰ ਦੇ ਵਿੱਚ ਫੁੱਟ ਹੈ। ਵੀਰੋ, ਕੋਈ ਬੜਾ ਸੰਘਣਾ ਜੰਗਲ, ਤੇ ਜੰਗਲ ਦੇ ਵਿੱਚੋਂ ਲੰਘਦਾ ਜਾ ਰਿਹਾ, ਤੇ ਜੰਗਲ ਬੜਾ ਐ ਝੂਮੀ ਜਾ ਰਿਹਾ। ਟਾਣੇ ਇੱਕ ਦੂਜੇ ਦੇ ਵਿੱਚ ਫਸੇ ਹੋਏ ਆ। ਉਹ ਤੁਰੇ ਜਾਣ ਵਾਲਾ ਕਹਿੰਦਾ, ਓਏ ਓਏ, ਐਡਾ ਅਹੰਕਾਰ, ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ, ਕੰਗਣੀਆਂ ਪਾ ਕੇ, ਐਡਾ ਗਰੂਰ। ਓਏ, ਇੱਕ ਦਿਨ ਆਏਗਾ ਤੁਹਾਡੀਆਂ ਜੜ੍ਹਾਂ ਤੋਂ ਤੁਹਾਨੂੰ ਪੁੱਟਿਆ ਜਾਏਗਾ, ਪੁੱਟ ਦਿੱਤੇ ਜਾਓਗੇ, ਖਤਮ ਕਰ ਦਿੱਤੇ ਜਾਓਗੇ। ਜੰਗਲ ਦੇ ਵਿੱਚੋਂ ਆਵਾਜ਼ ਆਈ, ਓਏ ਜਾ, ਓਏ ਤੁਰਿਆ ਜਾ, ਮਰ ਗਏ ਓਏ ਸਾਨੂੰ ਮਾਰਨ ਵਾਲੇ, ਮਰ ਗਏ ਸਾਨੂੰ ਪੁੱਟਣ ਵਾਲੇ, ਨਾ ਮੁੱਕੇ ਆ ਨਾ ਝੁਕੇ ਆ ਤੇ ਨਾ ਕੋਈ ਸਾਨੂੰ ਮਾਰ ਸਕਦਾ। ਪਰ ਕੁਝ ਸਮਾਂ ਪੈਣ ਤੋਂ ਉਪਰੰਤ ਉਹ ਜੰਗਲ ਸੱਚਮੁੱਚ ਪੁੱਟਿਆ ਗਿਆ। ਉਹ ਰਾਈ ਜਦੋਂ ਉੱਥੋਂ ਲੰਘਣ ਲੱਗਾ, ਜੰਗਲ ਪੁੱਟਿਆ ਗਿਆ। ਪਰ ਨਵੇਂ ਜਿੱਥੋਂ ਬੂਟੇ ਪੁੱਟੇ ਜਾਂਦੇ ਨੇ ਨਾ, ਨਵੇਂ ਆਪਣੇ ਆਪ ਵੀ ਉਪਜਦੇ ਨੇ। ਉਹ ਜਿਹੜੇ ਨਵੇਂ ਨਵੇਂ ਪੈਦਾ ਹੋਏ, ਉਹ ਕਰੁੰਬਲਾਂ ਫੁੱਟੀਆਂ, ਉਹਨਾਂ ਦੇ ਵਿੱਚੋਂ ਜਦੋਂ ਰਾਈ ਨੇ ਮਿਹਣਾ ਮਾਰਿਆ, ਆਖਿਆ ਸੀ ਓਏ ਮਾਰ ਦਿੱਤੇ ਜਾਓਗੇ, ਖਤਮ ਕਰ ਦਿੱਤੇ ਜਾਓਗੇ, ਹੋ ਗਈ ਨਾ ਉਹੀ ਗੱਲ। ਉਹ ਛੋਟੇ ਛੋਟੇ ਦਰਖਤਾਂ ਚੋਂ ਆਵਾਜ਼ ਸੀ, ਓ ਰਾਈਆ, ਓ ਰਾਈਆ, ਸਾਡੇ ਜ਼ਖਮਾਂ ਦੇ ਉੱਤੇ ਨਮਕ ਨਾ ਛਿੜਕ, ਪਰ ਯਾਦ ਰੱਖ ਸਾਡੇ ਵੱਡਿਆਂ ਜੋ ਕਿਹਾ ਸੀ ਉਹ ਠੀਕ ਕਿਹਾ ਸੀ। ਆਂਦਾ ਜੇ ਠੀਕ ਕਿਹਾ ਸੀ, ਵੱਡੇ ਕਿਉਂ ਗਏ, ਪੁੱਟੇ ਕਿਉਂ ਗਏ, ਇਸ ਤਰ੍ਹਾਂ ਮੋਛੇ ਕਿਉਂ ਪੈ ਗਏ? ਕਹਿੰਦੇ ਉਹਦਾ ਕਾਰਨ ਇੱਕੋ ਹੀ ਏ, ਓਏ ਦਵਾਈ ਰੱਬ ਦੀ, ਸਾਡੇ ਆਪਣੇ ਭਰਾ ਕਿਤੇ ਕੁਹਾੜਿਆਂ ਵਿੱਚ ਦਸਤੇ ਬਣ ਕੇ ਨਾ ਪੈਂਦੇ, ਸਾਨੂੰ ਕੋਈ ਵੱਢ ਨਾ ਸਕਦਾ, ਸਾਨੂੰ ਕੋਈ ਟੁੱਕ ਨਾ ਸਕਦਾ, ਸਾਨੂੰ ਕੋਈ ਮਾਰ ਨਾ ਸਕਦਾ। ਸੱਚ ਆ, ਰੁੱਖ ਰੋਇਆ ਕੁਹਾੜੇ ਵਿੱਚ ਦੇਖ ਦਸਤਾ, ਟੱਕ ਜੜ੍ਹਾਂ ਨੂੰ ਲਾਇਆ ਤਾਂ ਆਪਣੇ ਨੇ, ਮੁਰਦਾ ਰੋ ਪਿਆ ਦਗੇ ਦੀ ਦੇਖ ਦੁਨੀਆਂ ਲਾਂਬੂ, ਚਿਖਾਂ ਨੂੰ ਲਾਇਆ ਤਾਂ ਆਪਣੇ ਨੇ। ਸ਼੍ਰੀ ਅਕਾਲ ਤਖ਼ਤ ਸਾਹਿਬ, ਉਹ ਗੁਰੂ ਕੇ ਘਰ ਤਾਂ ਹੀ ਟੈਂਕਾਂ ਤੋਪਾਂ ਨਾਲ ਢੁਆਇਆ ਤਾਂ ਆਪਣੇ ਨੇ। ਓਏ, ਉਹਨਾਂ ਦੀ ਕੀ ਜ਼ਰੂਰਤ ਸੀ? ਜਿਹੜੇ ਹੱਥ ਨਹੀਂ ਸਾਨੂੰ ਲਾ ਸਕਦੇ ਸਨ, ਕਿੰਜ ਹਰ ਮੰਦਰ ਢਾ ਸਕਦੇ, ਸਾਨੂੰ ਮਰਵਾਇਆ ਉਹਨਾਂ ਨੇ। ਕਦੇ ਕੇਪੀ ਗਿੱਲ ਤੇ ਕਿਤੇ ਕੁਲਦੀਪ ਬਰਾੜਾਂ ਤੋਂ, ਤੇ ਕਦੇ ਗਿੱਲ, ਗਿੱਲ ਸਾਰੇ ਮਾੜੇ ਨਹੀਂ, ਗਿੱਲ ਸੰਘਰਸ਼ ਵਿੱਚ ਸਿਰ ਧਰ ਕੇ ਤਲੀ ਤੇ ਜੂਝਣ ਵਾਲੇ ਵੀ ਆ, ਉਹ ਗਿੱਲ ਕੇਪੀ ਕਰਕੇ। ਤੇ ਆ ਗੁਰੂ ਕੇ ਲਾਲ ਨੇ ਫਿਰ ਉਹਨੂੰ ਚਾੜਾ ਛਕਾਇਆ ਨਹੀਂ। ਭਾਈ ਰਿਛਪਾਲ ਸਿੰਘ ਜੀ, ਕਿੰਨਾ ਤਸ਼ੱਦਦ ਕੁੱਟਿਆ ਜਾ ਰਿਹਾ, ਪਰ ਜਿਹੜੇ ਚਸ਼ਮਦੀਦ ਨੇ ਉਹ ਦੱਸਦੇ ਨੇ ਆਂਦੇ ਭਾਈ ਸਾਹਿਬ ਦੇ ਉੱਤੇ ਜਿੱਡਾ ਉਹ ਜ਼ੁਲਮ ਕਰਦੇ, ਤੇ ਗੁਰੂ ਕਾ ਲਾਲ ਗੱਜ ਗੱਜ ਕੇ ਉਹਨਾਂ ਦਾ ਗਲ ਪੈਂਦਾ, ਲਾ ਲਓ ਜਿਹੜਾ ਜ਼ੋਰ ਲਾਉਣਾ ਹੀ ਹੋਏ। ਉਹ ਗੁਰੂ ਗੋਬਿੰਦ ਸਿੰਘ ਦਾ ਪੋਤਿਆਂ ਕਹਿੰਦੇ ਕੁਝ ਦੱਸ, ਕਹਿੰਦਾ ਜਰਨੈਲ ਆ, ਕੌਮ ਦਾ ਜਰਨੈਲ, ਉਹ ਤੁਹਾਡੇ ਨਾਲ ਗੱਲ ਕਰਾਂ, ਉਹ ਡੱਕੇ ਫਿਰਦੇ ਹੋ ਨਸ਼ੇ ਦੇ ਨਾਲ, ਉਹ ਸਦੋ ਕੋਈ ਆਪਣੇ ਜਰਨੈਲ ਨੂੰ ਜਿੱਥੇ ਗੱਲ ਆਖੀ ਨਾ,
ਤੇ ਕੇਪੀ ਗਿੱਲ ਆਂਦੇ ਭੱਜਾ ਹੀ ਆਇਆ। ਜਦੋਂ ਆਇਆ ਭਾਈ ਸਾਹਿਬ ਨੂੰ ਬੜੇ ਤਸੀਹੇ ਦਿੱਤੇ ਜਾ ਰਹੇ ਨੇ, ਬੜਾ ਜ਼ੁਲਮ ਢਾਇਆ ਜਾ ਰਿਹਾ। ਔਰ ਉਹ ਦੋਸਤ ਜਦੋਂ ਸਾਹਮਣੇ ਆਇਆ, ਭਾਈ ਸਾਹਿਬ ਕਹਿੰਦੇ ਜਲ ਛਕਾਓ। ਜਲ ਛਕਿਆ ਨੀ, ਮੁੱਖ ਦੇ ਵਿੱਚ ਕੁਰਲੀ ਕੀਤੀ। ਕੁਰਲੀ ਜਦੋਂ ਜਲ ਮੁੱਖ ਵਿੱਚ ਰੱਖਿਆ ਨਾ, ਤੇ ਸਾਹਮਣੇ ਸੀ ਉਹਦੇ ਵੱਲੋਂ ਐ ਚੰਗੀ ਜ਼ੋਰ ਨਾ ਉਹ ਕੁਰਲਾ ਉਹਦੇ ਮੂੰਹ ਦੇ ਉੱਤੇ ਮਾਰਿਆ, ਮਾਨੋ ਮੂੰਹ ਤੇ ਥੁੱਕਿਆ। ਤੇ ਗੁਰੂ ਕੇ ਲਾਲ ਨੇ ਗਰਜ ਕੇ ਕਿਹਾ, ਓਏ ਬਾਕੀ ਦੀਆਂ ਗੱਲਾਂ ਤਾਂ ਰਹਿ ਗਈਆਂ, ਬਾਅਦ ਚ 75 ਸਾਲ ਤਾਂ ਪਈਆਂ ਲੁਧਿਆਣੇ ਜ਼ਿਲ੍ਹੇ ਚ, ਉਹਨਾਂ ਬਾਰੇ ਇੱਕ ਮਨਾ ਕੇ ਦੱਸ ਦੇ। ਓਏ ਉਹ ਤੇ ਗੱਲ ਦੂਰ ਦੀ ਰਹਿ ਗਈ, ਤੂੰ ਆਈ ਮਨਾ ਦੇ ਵੀ ਹੁਣੀ ਮੈਂ ਪਾਣੀ ਪੀਤਾ ਤੇ ਤੇਰੇ ਮੂੰਹ ਤੇ ਥੁੱਕਿਆ, ਬਾਕੀ ਗੱਲਾਂ ਬਾਅਦ ਦੀਆਂ। ਆ ਸੀ ਭਾਈ ਰਛਪਾਲ ਸਿੰਘ ਜੀ ਛਿੰਦੜਾ। ਵੀਰੋ ਫੋਟੋ ਆ ਵੇਖ ਰਹੇ ਹੋ ਤੁਸੀਂ, ਲੱਤਾਂ ਵੜ ਦਿੱਤੀਆਂ ਗਈਆਂ, ਜ਼ੰਬੂਰਾਂ ਨਾਲ ਮਾਸ ਨੋਚਿਆ ਸੁਣਿਆ ਸੀ। ਇਹ ਗੁਰੂ ਕੇ ਲਾਲਾਂ ਉੱਤੇ ਕਿਤੇ ਘੱਟ ਕਹਿਰ ਤਾਂ ਕਹਿਰ ਢਾਇਆ, ਪ੍ਰਿਸਾਂ ਤੱਕ ਲਾਈਆਂ, ਜ਼ੁਲਮ ਵਾਲਾ ਸਿਰਾ ਲਾ ਦਿੱਤਾ। ਪਰ 12 ਜੂਨ 1992 ਇਹ ਉਹ ਸਾਲ ਏ ਜਿਹਨੇ ਸਾਡੇ ਕਹਿੰਦੇ ਕਹਾਉਂਦੇ ਜਰਨੈਲ ਉਹ ਚੋਟੀ ਦੇ ਗੁਰੂ ਕੇ ਲਾਲ ਇੱਕ ਇੱਕ ਕਰਕੇ ਸ਼ਹਾਦਤਾਂ ਦਾ ਜਾਮ ਉਹਨਾਂ ਪੀਤਾ। ਵੀਰੋ ਉਹ ਭਾਈ ਸਾਹਿਬ, ਭਾਈ ਰਛਪਾਲ ਸਿੰਘ ਜੀ ਛਿੰਦੜਾ ਸਾਹਿਬ, ਉਹਨਾਂ ਦੇ ਪ੍ਰੇਮ ਵਿੱਚ ਬੈਠੇ ਹੋ। ਮੇਰਾ ਮਨ ਕਰਦਾ ਵੀ ਉਸ ਯੋਧੇ ਨੂੰ ਸਾਡੇ ਉਸਤਾਦਾਂ ਦੇ ਬੋਲ ਨੇ ਵੀ ਤੁਹਾਡੇ ਵਰਗੇ ਸੂਰਮੇ ਰੋਜ਼ ਰੋਜ਼ ਨਹੀਂ ਜੰਮਦੇ। ਧੰਨ ਉਹ ਮਾਂ ਮਾਂ ਗੁਰਮੇਲ ਕੌਰ ਜਿਹਨੇ ਆਪਣੇ ਪੁੱਤਰ ਨੂੰ ਗੁਰਾਂ ਦੇ ਨਾਲ ਸੱਚਮੁੱਚ ਹੀ ਮਿਲਿਆ। ਉਹ ਗੁਰੂ ਕੇ ਯੋਧੇ, ਉਹ ਗੁਰੂ ਕੇ ਮਰਦ, ਮੈਂ ਪਹਿਲਾਂ ਵੀ ਆਖਿਆ ਸਰਕਾਰ ਯੋਗ ਮਖੂ ਸਾਹਿਬ ਵਿਦਵਾਨ ਨੇ ਉਹ ਵੀ ਆਏ ਨੇ, ਤੇ ਵਿਦਵਾਨ ਗਿਆਨੀ ਮਾਨ ਸਿੰਘ ਜੀ ਝਾਉਰ ਸਾਹਿਬ, ਉਹਨਾਂ ਦੀਆਂ ਲਾਈਨਾਂ ਨੇ। ਉਹ ਕਹਿੰਦੇ ਸ਼ਹੀਦਾਂ ਦੀ ਬਸਤੀ ਇਹ ਬਣਦੀ ਨੀ, ਸਸਤੀ ਇਹ ਬਣਦੀ ਆ, ਤਾਂਹੀਓ ਮਿਟਾਈਏ ਜੇ ਹਸਤੀ, ਮਿਟਾਈਏ ਜੇ ਹਸਤੀ। ਉਹ ਹਸਤੀ ਨੂੰ ਮਿਲਦਾ ਫਿਰ ਰੁਤਬਾ ਨਿਰਾਲਾ, ਰੁਤਬੇ ਦੇ ਅੰਦਰ ਗੈਰਤ ਦੀ ਮਾਲਾ। ਇਹ ਮਾਲਾ ਦੇ ਮਣਕੇ ਨੀ ਹੁੰਦੇ ਬਾਜ਼ਾਰੀ, ਇਹ 10 ਰੁਪਏ ਨੂੰ ਨੀ ਮਾਲਾ ਮਿਲਦੀ, ਸੱਚ ਇਹ ਮਾਲਾ ਦੇ ਮਣਕੇ ਨਹੀਂ ਹੁੰਦੇ ਬਾਜ਼ਾਰੀ। ਇਹਨੂੰ ਖਰੀਦਦਾ ਕੋਈ ਸੱਚਾ ਵਪਾਰੀ, ਵਪਾਰੀ ਵੀ ਉਹ ਸੌਦਾ ਕਰੇ ਜੋ ਸੱਚਾ। ਓਏ ਬਾਬਾ ਦੀਪ ਸਿੰਘ ਵਰਗਾ, ਜਵਾਰੀ ਦਾ ਬੱਚਾ, ਭਾਈ ਮਤੀ ਦਾਸ ਵਰਗਾ, ਜਵਾਰੀ ਦਾ ਬੱਚਾ, ਚੌਰੀ ਦਾ ਬੱਚਾ, ਬਚਨਾ ਬੱਚਾ ਜੋ ਬਚਨਾ ਦਾ ਪੂਰਾ ਪ੍ਰੇਮੀ, ਭਾਈ ਮਤੀ ਦਾਸ ਵਰਗਾ, ਜ਼ੁਬਾਂ ਮਰਦ ਨੇਮੀ, ਨੇਮੀ ਨਿਮਾਣਾ, ਪ੍ਰੀਤਮ ਦਾ ਪਿਆਰਾ, ਸੱਚਾ ਝੱਲੇ ਧਰਮ ਲਈ ਜਿਹੜਾ ਸਿਰ ਤੇ ਆਰਾ ਆਰਾ ਪਿਆ ਚੱਲੇ ਤੇ ਹੱਸ ਕੇ ਅਲਾਏ ਕੀ ਓਏ ਘਰਾ ਬਣਾ ਕੇ ਕਰੋ ਅਲਾਏ ਸੁਰੀਲੀ ਸੁਤੰਤਰ ਜੀ ਸੁਰ ਤੋਂ ਹੋਣਾ ਓਈਓ ਲਿਖਿਆ ਜੋ ਧੁਰ ਤੋਂ ਧੁਰ ਕੀ ਬਾਣੀ ਨਹੀਂ ਹੁੰਦੀ ਸਿੰਘਾਂ ਲਈ ਸਾਬਰ ਇਹ ਬੰਦ ਬੰਦ ਕਟਾਉਂਦੇ ਵੀ ਹੁੰਦੇ ਨੀ ਨਾਬਰ ਓਏ ਨਾਬਰ ਨੀ ਹੁੰਦੇ ਗੁਰੂ ਦੇ ਪਿਆਰੇ ਜਿਉਂਦਿਆਂ ਦੇ ਬੇਸ਼ੱਕ ਖੋਪਰਿਓ ਤਾਂ ਅੰਗ ਅੰਗ ਜੁਦਾ ਕਰਵਾਉਣਾ ਕਾਹਦੇ ਵਾਸਤੇ ਅੰਮ੍ਰਿਤਪਾਲ ਸਿੰਘ ਜੀ ਇਹ ਤੇ ਬਹੁਤ ਛੋਟੀ ਆਜੂ ਸੀ ਉਹ ਭੈਣ ਅਰਧੰਗਣੀ ਨਮਸਕਾਰੀ ਆ ਇਹ ਸ਼ਹੀਦਾਂ ਦੇ ਵਾਰਸ ਇਹ ਸ਼ਹੀਦਾਂ ਦਾ ਲਹੂ ਉਹ ਸੁੱਚਾ ਲਹੂ ਜਿਹੜਾ ਭਾਈ ਸਾਹਿਬ ਰਛਪਾਲ ਸਿੰਘ ਜੀ ਛਿੰਦੜਾ ਸਾਹਿਬ ਉਹਨਾਂ ਦੀ ਰਗ ਰਗ ਵਿੱਚ ਸੀ ਉਹੀ ਲਹੂ ਅੱਜ ਜਵਾਨ ਹੋਇਆ ਜੇ ਔਰ ਉਹਨਾਂ ਦੇ ਪ੍ਰੇਮ ਨੂੰ ਅਦਬ ਨੂੰ ਔਰ ਇਸ ਯੋਧੇ ਦੀ ਕੁਰਬਾਨੀ ਨੂੰ ਪ੍ਰਣਾਮ ਕਰਦਿਆਂ ਅਕੀਦਤ ਭੇਟ ਕਰਦਿਆਂ ਚੰਦ ਅਲਫਾਜ਼ ਕਹਿਣ ਲੱਗੇ ਆ ਸੂਰੇ ਨਿਤ ਜਹਾਨ ਤੇ ਨਹੀਂ ਜਾਣਦੀਆਂ ਮਾਵਾਂ ਓਏ ਤੁਸੀਂ ਧੰਨ ਹੋ ਵੀਰ ਬਹਾਦਰ ਮੈਂ ਸਦਕੇ ਜਾਵਾਂ
ਜਣਦੀਆਂ ਮਾਵਾਂ ਓ ਸੂਰੇ ਨਿੱਤ ਜਹਾਨ ਵਿੱਚ ਨਹੀਂ ਜਣਦੀਆਂ ਮਾਵਾਂ ਓ ਸੂਰੇ ਨਿੱਤ ਜਹਾਨ ਵਿੱਚ ਨਹੀਂ ਜਣਦੀਆਂ ਮਾਵਾਂ ਓ ਸੂਰੇ ਨਿੱਤ ਜਹਾਨ ਵਿੱਚ ਨਹੀਂ ਜਣਦੀਆਂ ਮਾਵਾਂ ਜਣਦੀਆਂ ਮਾਵਾਂ ਓ ਤੁਸੀਂ ਧੰਨ ਹੋ ਵੀਰ ਬਹਾਦਰੋ ਮੈਂ ਸੱਦ ਕੇ ਜਾਵਾਂ ਤੁਸੀਂ ਧੰਨ ਹੋ ਵੀਰ ਬਹਾਦਰੋ ਮੈਂ ਸਦਕੇ ਜਾਵਾਂ ਤੁਸੀਂ ਧੰਨ ਹੋ ਵੀਰ ਬਹਾਦਰੋ ਮੈਂ ਸਦਕੇ ਜਾਵਾਂ ਤੁਸੀਂ ਧੰਨ ਹੋ ਚੁੰਦੜੇ ਵਾਲਿਓ ਤੁਸੀਂ ਧੰਨ ਹੋ ਚੁੰਦੜੇ ਵਾਲਿਓ ਮੈਂ ਸਦਕੇ ਤੁਸੀਂ ਧੰਨ ਹੋ ਛਿੰਦੜੇ ਵਾਲਿਓ ਮੈਂ ਸੱਜ ਕੇ ਜਾਵਾਂ ਓ ਤੁਸੀਂ ਹੱਸ ਹੱਸ ਲਾੜੀ ਮਾਤ ਦੇ ਗਲ ਪਾਈਆਂ ਬਾਵਾਂ ਤੁਸੀਂ ਹੱਸ ਹੱਸ ਲਾੜੀ ਮਾਤ ਦੇ ਗਲ ਪਾਈਆਂ ਬਾਵਾਂ ਤੁਸੀਂ ਹੱਸ ਹੱਸ ਲਾੜੀ ਮਾਤ ਦੇ ਗਲ ਪਾਈਆਂ ਬਾਵਾਂ ਤੁਸੀਂ ਹੱਸ ਹੱਸ ਸਸਲਾੜੀ ਮੌਤ ਦੇ ਗਲ ਪਾਈਆਂ ਬਾਵਾਂ ਤੁਸੀਂ ਸਸਲਾੜੀ ਮੌਤ ਦੇ ਗਲ ਪਾਈਆਂ ਬਾਵਾਂ ਕਹਿੰਦੇ ਹੋਣ ਪ੍ਰਾਪਤ ਤੂੰ ਸਾਨੂੰ ਓ ਹੋਣ ਪ੍ਰਾਪਤ ਤੂੰ ਸਾਨੂੰ ਸੱਚਖੰਡ ਦੀਆਂ ਸ਼ਾਮਾਂ ਹੋਣ ਪ੍ਰਾਪਤ ਤੂੰ ਸਾਨੂੰ ਸੱਚਖੰਡ ਦੀਆਂ ਸ਼ਾਮਾਂ ਹੋਣ ਪ੍ਰਾਪਤ ਹੋਰ ਪ੍ਰਾਪਤ ਤੁਸਾਨੂੰ ਸੱਚਖੰਡ ਦੀਆਂ ਛਾਵਾਂ ਹੋਰ ਪ੍ਰਾਪਤ ਤੁਸਾਨੂੰ ਸੱਚਖੰਡ ਦੀਆਂ ਛਾਵਾਂ ਓ ਕੋਮਲ ਫੁੱਲ ਪਿਆਰ ਦੇ ਚੁਣ ਹਾਰ ਬਣਾਵਾਂ ਓ ਕੋਮਲ ਫੁੱਲ ਪਿਆਰ ਦੇ ਚੁਣ ਹਾਰ ਬਣਾਵਾਂ ਓ ਕੋਮਲ ਫੁੱਲ ਪਿਆਰ ਦੇ ਚੁਣ ਹਾਰ ਬਣਾਵਾਂ ਹਾ ਕੋਮਲ ਫੁੱਲ ਪਿਆਰ ਦੇ ਹਾਂ
ਦਿਲ ਪਿਆਰ ਦੇ ਹਾਂ ਚੁਣ ਹਾਰ ਬਣਾਵਾ ਹੋ ਬੜੀਆਂ ਪਿਆਰੀਆਂ ਚੜ੍ਹਦੀ ਕਲਾ ਵਾਲੀਆਂ ਸ਼ਖਸੀਅਤਾਂ ਜਿੱਥੇ ਜੁੜ ਬੈਠੀਆਂ ਸਨ ਹੁਣੇ ਹੁਣੇ ਬਹੁਤ ਹੀ ਸਤਿਕਾਰਯੋਗ ਹੱਕ ਸੱਚ ਲਈ ਅੜਨ ਵਾਲੇ ਖੜਨ ਵਾਲੇ ਔਰ ਪੰਥ ਵਾਸਤੇ ਸੀਸ ਤਲੀ ਤੇ ਧਰ ਕੇ ਵੱਡੇ ਵੱਡੇ ਮੋਰਚੇ ਲਗਾਉਣ ਵਾਲੇ ਸਤਿਕਾਰਯੋਗ ਸਰਦਾਰ ਬਹਾਦਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਨੂਰੇ ਨਜ਼ਰ ਉਹਨਾਂ ਦੇ ਲਖਤੇ ਜਿਗਰ ਉਹਨਾਂ ਦੇ ਨੂਰੇ ਚਸ਼ਮ ਜਿਹੜੇ ਇਸ ਵੇਲੇ ਬੜੇ ਚੜ੍ਹਦੀ ਕਲਾ ਦੇ ਅੰਦਰ ਵਿਚਰ ਕੇ ਆਪਣੇ ਵੱਡਿਆਂ ਦੀ ਉਹ ਜੋ ਪ੍ਰਪਾਟੀ ਉਹ ਜੋ ਪਿਰਤ ਹੈ ਉਸਨੂੰ ਅਗਾਂਹ ਤੋਰ ਰਹੇ ਨੇ ਸਰਦਾਰ ਇਮਾਨ ਸਿੰਘ ਜੀ ਮਾਨ ਉਹ ਵੀ ਸੰਗਤਾਂ ਦਰਮਿਆਨ ਆਏ ਨੇ ਮਾਨ ਸਾਹਿਬ ਜੀ ਦੇ ਪੀਏ ਸਾਹਿਬ ਆਏ ਨੇ ਜੀ ਉਹ ਆਇਆ ਕਹਿੰਦੇ ਆ ਸ਼ਹੀਦਾਂ ਨੂੰ ਯੋਧਿਆਂ ਨੂੰ ਔਰ ਖਾਲਸਾ ਜੀ ਇਹਨਾਂ ਮਰਦਾਂ ਦੀਆਂ ਯਾਦਾਂ ਨੂੰ ਜੇ ਸੱਚਮੁੱਚ ਪੰਜਾਬ ਦੀ ਧਰਤੀ ਤੇ ਆਪਾਂ ਸਾਰੇ ਤਰੋ ਤਾਜ਼ਾ ਰੱਖ ਰਹੇ ਜਾਂ ਰੱਖ ਸਕੇ ਹਾਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਗੁਰੂ ਕੇ ਲਾਲਾਂ ਦਾ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਔਰ ਸਾਨੂੰ ਹਮੇਸ਼ਾ ਹੀ ਜਿੰਨਾ ਇਹਨਾਂ 'ਤੇ ਫਖਰ ਕਰ ਸਕੀਏ ਮਾਣ ਕਰ ਸਕੀਏ ਉਹ ਥੋੜ੍ਹਾ ਪਵੇਗਾ ਮਾਣ ਰਿਹਾ ਤਾਂ ਰਹੇਗਾ ਔਰ ਇੱਦਾਂ ਹੀ ਬੜੇ ਚੜ੍ਹਦੀ ਕਲਾ ਵਾਲੇ ਵੀਰ ਸਾਡੇ ਮਨਦੀਪ ਸਿੰਘ ਜੀ ਕੁੱਬਾ ਨਗਰ ਜਿਨ੍ਹਾਂ ਦਾ ਉਹ ਵੀ ਗੁਰੂ ਕੇ ਲਾਲ ਦੇਸ਼ ਵਿੱਚ ਵੀ ਪ੍ਰਦੇਸ਼ ਵਿੱਚ ਵੀ ਮਰਦਾਂ ਦੀ ਖੇਡ ਉਹ ਇਹ ਪਰਵਾਹ ਨਹੀਂ ਕਰਦੇ ਵੀ ਇੱਥੇ ਚੱਲ ਇੱਧਰ ਉੱਧਰ ਨਿਕਲ ਜਾਵਾਂਗੇ ਵੀ ਬਾਹਰ ਦੇ ਮੁਲਕਾਂ ਦੇ ਅੰਦਰ ਜੇ ਉੱਥੇ ਵੀ ਕਿਤੇ ਮੋਰਚਾ ਲੱਗਦਾ ਹੀ ਨਾ ਤੇ ਉੱਥੇ ਵੀ ਮਰਦਾਂ ਵਾਲੀ ਖੇਡ ਉਹਨੂੰ ਫਿਰ ਸਿਰ ਧੜ ਦੀ ਬਾਜ਼ੀ ਲਾ ਕੇ ਨੇਪਰੇ ਚੜਾਉਂਦੇ ਆ ਵੀਰੋ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਹੀ ਕੀ ਆ ਬਾਬਾ ਏ ਕੌਮ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਕੀ ਕਿਹਾ ਸੀ ਉਹਨੀ ਜਦੋਂ ਫੌਜ ਆ ਗਈ ਨਾ ਚੜ੍ਹ ਕੇ ਕਹਿੰਦੇ ਸਿੰਘੋ ਇੱਕ ਗੱਲ ਚੇਤੇ ਰੱਖਿਆ ਭੁੱਲ ਜਾਂਦੇ ਕੁਰਬਾਨੀ ਦਾ ਰਾਹ ਜਿਹੜੇ ਉਹ ਤਾਂ ਭਟਕਦੇ ਭਟਕਦੇ ਭਟਕ ਜਾਂਦੇ ਭੁੱਲ ਜਾਂਦੇ ਕੁਰਬਾਨੀ ਦਾ ਰਾਹ ਜਿਹੜੇ ਭਟਕਦੇ ਭਟਕਦੇ ਭਟਕ ਜਾਂਦੇ ਓਏ ਅਣਖੀ ਕਦੇ ਅਟਕਾਇਆ ਨਹੀਂ ਓਏ ਅਟਕ ਸਕਦੇ ਆਪ ਕੁਝ ਵੇਲੇ ਅਟਕਦੇ ਅਟਕਦੇ ਅਟਕ ਜਾਂਦੇ ਯੋਧੇ ਸੂਰਮੇ ਸਿਰਾਂ ਦੇ ਕਰਨ ਸੋਧੇ ਬੇਸ਼ੱਕ ਝਟਕਦੇ ਝਟਕਦੇ ਝਟਕ ਜਾਂਦੇ ਆਸ਼ਿਕ ਸੂਰਮੇ ਵਤਨ ਦੀ ਸ਼ਾਨ ਖਾਤਰ ਆਸੂਲੀ ਫਾਂਸੀ ਲਟਕਦੇ ਲਟਕਦੇ ਲਟਕ ਜਾਂਦੇ ਤੇਗ ਇਸ਼ਕ ਦੀ ਜਿਨ੍ਹਾਂ ਨੂੰ ਝਟਕ ਝਟਕ ਝਟਕਦੀ ਹੈ ਟੱਠੇ ਦਿਲਾਂ ਦੀ ਉਹ ਉਮੀਦ ਹੁੰਦੇ ਓਏ ਕਤਲਗਾਹਾਂ ਵੀ ਪੂਜੀਆਂ ਜਾਂਦੀਆਂ ਨੇ ਲਾਲ ਮਾਮਾ ਤੇ ਜਿੱਥੇ ਸ਼ਹੀਦ ਹੁੰਦੇ ਓ ਗੁਰੂ ਕੇ ਲਾਲ ਸਾਰੀ ਇੱਕ ਨੂੰ ਇੱਕ ਚੜ੍ਹਨ ਦੀ ਹਰਨੇਕ ਸਿੰਘ ਜੀ ਫੌਜੀ ਸਾਹਿਬ ਇੱਦਾਂ ਹੀ ਗੁਰਮੁਖ ਪਿਆਰੇ ਮਨਦੀਪ ਸਿੰਘ ਜੀ ਕਰਤਾਰਪੁਰੀ ਵੀਰੋ ਅੱਜ ਸਮਾਂ ਮੰਗ ਕਰਦਾ ਇੱਕ ਜੁੱਟ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਉਹ ਸਾਂਝੇ ਕਰ ਉਹਨਾਂ ਭਾਈ ਨੰਦ ਲਾਲ ਸਾਹਿਬ ਜੀ ਨਾਲ ਬਚਨ ਸਾਂਝੇ ਕੀਤੇ ਤੇ ਭਾਈ ਨੰਦ ਲਾਲ ਸਾਹਿਬ ਉਹਨਾਂ ਨੋਟ ਕਰ ਲੈ
और ऐतनामिया विच मिलते ने। सुनो नंद लाल जसाज आंदे कलगीधर जी प्रसन्न हो के कहिंदे खालसा राज करेगा। ए मक्के अंदर धन गुरु नानक साहब ने काजी रुकन दीन नाल जेड़ा करनी नामा ना ओदे विच भी बचन कहे सी राज करेगा खालसा ओदे विच बचन ओदे। ते गुरु गोबिंद सिंह जी नूं भाई साहब प्रेम दे अंदर पुछदे महाराज ए राज भाग किड्डा होवेगा। महाराज कहिंदे सुनो नंद लाल जैसाज प्रगट करूंगा अपना राज। सुनो नंद लाल जैसाज प्रगट करूंगा अपना राज। चार वर्ण एक वर्ण कराऊं वाहेगुरु सिंह को नाम जपाऊं चढ़ा सिंह तिस मुक्त कराऊं। झूलन नेजे हस्ती साजे झूलन नेजे हस्ती साजे द्वार द्वारपुर नौबत बाजे सवा लाख जब तुख है पलीता तब है खालसा उदय अस्त लो जीता। महाराज कहिंदे उदय जिथो सूरज चढ़दा ते जिथे छिपदा उतो तक खालसा जितेगा। आ लाल किले उत्ते माड़े जे निशान झुल गए चीकां निकल गईयां साडा प्यो तां कहिंदा दुनिया ते चलाउणे आ दुनिया ते। शहीद भाई चरण सिंह दे बेटे कुलवंत सिंह अजे सारे एकजुट हो सरदार अमृतपाल सिंह जी आप जी करो कृपा और उन्हां दा आदब सत्कार किया जा रहा। कुलवंत सिंह जी महाराज कृपा करे वीरो महाराज मेहर करे गां दी पीढ़ी त्यार बर त्यार पर एकजुट रहना सारे ही अज इधर उधर दी छड़ देनी चाहिए है पिछे की होया उन्हों लैके बैठे रहेंगे ते आपा मंजिल और जी मंजिल ते पहुंचना ना नहीं पहुंच सकांगे। ये महाराज कलगीधर जी दे बचन ने ते फिर महाराज सच्चे पातशाह जी अज भी जिहड़ा रौला जिहा पाउंदा 2% जिहड़ा उठदा 2% कोई नहीं असीं। महाराज ने किहड़ा लकब दित्ता 96 करोड़ी खालसा 96 करोड़ी। ओ कई जदे वचन करदे कहिंदे जी मुंडे मूंह सिर मनाई फिरदे तुहाडे किहड़ा 96 करोड़। कलगीधर जी नाल भी वचन होए सी महाराज नूं कहिंदे महाराज आप जी कह रहे हो समा बड़ा भयानक आएगा सिखी तो मुनकर हो जाएंगे लोग। महाराज कहिंदे नहीं ऐसी हवा चला देंगे हजूर साहब वो बेशकीमती पोथी अज भी सुभाईमान है उहदे विच अंकत है ऐसी हवा चला देंगे जिहनूं भी वह हवा लगेगी वह नीलंबर धारी फौज दे विच आप सिर तली ते धर के हाजिर होगा। गुरु गोबिंद सिंह साहब के पोतिया असी आशावादी असी निराशावादी नहीं हाए होए वो लुटे गए होए मारे गए जो बोली सरकार ने बोली ओई ओई चौके साडे वालियां ने बोलनी शुरू कर दी। ए दिल्ली का लाल किला ए लाल किले ते हरे हैदरी झुलदे सी अतरंगा तो कल आया होए इथों जे हरे हैदरी पुटे महाराज दियां नीलंबर धारी फौजां ने पुटे कोई 7 कोई 17 पर जो सीना बसीना क्योंकि अज भी श्रोमणी पंथ अकाली बुढ़ा दल ते उतरना दल अज भी चले आउंदे ने जिन्हां दे जथेदार यके बादीगरे टर्न बाई टर्न बदलदे ने और गां तों गां बचन अद्धों वध हिस्टरी किताबां विच नहीं साडी सीना बसीना 19 वारी दिल्ली फतह कीती हो या 19 वारी सिंह साहेब बाबा जसा सिंह जी आलूवालिया साहेब बुढ़े दल दे चौथे मुखी ते पंथ दे जथेदार अकाल तख्त साहेब परले वाले महाकाल ओही जथेदार हुंदे सी श्री अकाल तख्त साहेब दे ए दस रहे ने फिर खालसा जी किड्डे किड्डे योधे जरनैल
धन बाबा दीप सिंह जी शहीद अभी महाकाल ने फरने फरले वाले उन्होंने दमाले झुलन वाले शास्त्रां दे दर्शन कर लियो और चक्कर अज भी श्री अकाल तख्त साहब ते है जेदे उत्ते जिथे आज जी की बाणी उत्थे दसवें महाराज की बाणी भी उकरी हुई है दसवें महाराज की बाणी और जिहड़ी मुरदियां नूं मर्द बनाउंदी आ इही बाणी है जेदे विचों जेदे प्रेम की खेड ते महाराज ने महाराज कहिंदे निर्जन रूप हो के सुंदर स्वरूप हो के उपन के पूप हो के दाता महादान हो प्राण के बचैया दूध पूत के दवैया रोग सोग के मटैया हिधो मानी महामान हो ते जदों गल चलदी आ खंडे खड़कण दी ते उहदे विच वी महाराज फिर सिराई लफ्ज़ां दे राही जो शस्त्रां नहीं आवाज पैदा होंदी आ नाद पैदा होंदा ओह कलगीधर जी पैदा करदे आ महाराज जी लिखदे ने भई जदों गगन दा मामा बाजियो कबीर साहब दे बचन ने तां गगन दा मामा बाजियो परिया निशाने कहो खेत जो मांडियो सूरमा आओ जूझण को दाओ गुरु गोबिंद सिंह जी की कहिंदे आ महाराज कहिंदे चागड़ दंग नागड़ दंग बागड़ दंग बाजे चागड़ दंग झाड़ के सुड़ते नागड़ दंग नगारे बजदे आ चागड़ दंग नागड़ दंग बागड़ दंग बाजे नगारे बजदे आ जोधे गजदे आ ते कच्चे पेले सुन के ही भजदे आ की उथे राग केड़ा छड़िया चागड़ दंग नागड़ दंग बागड़ दंग बाजे गागड़ दंग काजी महा गज काजे गगन दमामा बाजियो गगन दमामा बाजियो परिया निशाने का सूरा सोई मेरे दीन के सूरा सोई मेरे दीन के सूरा सोई खालसा जी असी आशावादी निराशावादी खालसा हो ही नहीं सकता ए ਇਹ ਕੁਝ ਲੋਕਾਂ ਨੇ ਹਾਏ ਓਏ ਲੁੱਟੇ ਗਏ ਓਏ ਮਾਰੇ ਗਏ ਪਤਾ ਨਹੀਂ ਕਿਹੜੇ ਪਾਸੇ ਨੂੰ ਸਾਨੂੰ ਤੋਰਨਾ ਚਾਹੁੰਦੇ ਆ ਕਦਾ ਚਿੱਤ ਨਹੀਂ ਉਧਰ ਜਾਵਾਂਗੇ ਸਿੱਖ ਦੇ ਤੇ ਦੋਵਾਂ ਹੱਥਾਂ ਵਿੱਚ ਲੱਡੂ ਜੇ ਸ਼ਹਾਦਤ ਦਾ ਜਾਮ ਮਿਲ ਜਾਏ ਉਹ ਜਣੇ ਖਣੇ ਨੂੰ ਥੋੜ੍ਹੀ ਮਿਲਦਾ ਵੀਰੋ ਆ ਤੁਸੀਂ ਵੀ ਪੜ੍ਹਿਆ ਹੋਵੇਗਾ ਮੈਂ ਵੀ ਇੱਕ ਪੋਸਟ ਪੜ੍ਹੀ ਸੱਥ ਵਿੱਚ ਗੱਲ ਚੱਲ ਪਈ ਕੋਈ ਕਹਿੰਦਾ ਸੰਤਾਂ ਨੇ ਆਹ ਕੀ ਕਰ ਦਿੱਤਾ ਕੋਈ ਕਹਿੰਦਾ ਨਹੀਂ ਓਏ ਉਹਨਾਂ ਨੇ ਦੱਸਤਾ ਸੈਂਟਰ ਨੂੰ ਵੀ ਕਹਿਰਾ ਆਉਣ ਦਿਓ ਵੇਖੋ ਕਿੱਦਾਂ ਗੱਡੀਆਂ ਭਰ ਭਰ ਤੋੜਦਾ ਕਰਕੇ ਵਿਖਾ ਤਾ ਦੱਸਤਾ ਆਹ ਹੁੰਦੇ ਆ ਜਰਨੈਲ ਆਹ ਕੁਝ ਵੀ ਸਾਨੂੰ ਕਰਨਾ ਆਉਂਦਾ ਵੱਡਿਆਂ ਵਾਲੀ ਗੱਲ ਨਹੀਂ ਤੇ ਕਹਿੰਦੇ ਅਸੀਂ ਮੋਰਚੇ ਲਾਉਂਦੇ ਹੀ ਆ ਇਹ ਅਰਦਾਸੇ ਕਰਕੇ ਮੁੱਕਰ ਜਾਂਦੇ ਆ ਪਹਿਲੇ ਲੀਡਰਾਂ ਲਈ ਪਰ ਉਹ ਬਾਬੇ ਨੇ ਉਸ ਯੋਧੇ ਨੇ ਸੱਤ ਕਰਕੇ ਵਿਖਾ ਤਾ ਖਾਲਸਾ ਜੀ ਮਰਦੀ ਕੈਦ ਨਹੀਂ ਕਿਸੇ ਦੀ ਰਹਿ ਸਕਦੇ ਜਾਂਦਾ ਜਾਂਦਾ ਫਤਿਹ ਬੁਲਾਉਣ ਲੱਗੇ ਆ ਦੋ ਕੁ ਬੋਲ ਸੁਣ ਲਓ ਦੱਸਦਾ ਏ ਸੂਈਆ ਦਿੱਲੀ ਜਾ ਕੇ ਰਾਣੀ ਨੂੰ ਉਦੋਂ ਵੀ ਦੱਸਿਆ ਤੇ ਅੱਜ ਨਹੀਂ ਦੱਸਦੇ ਉਹ ਦੱਸਦੇ ਆ ਸੂਈਆ ਦਿੱਲੀ ਜਾ ਕੇ ਮੋਦੀ ਨੂੰ ਆ ਜਿਹੜੇ ਇਹ ਨਹੀਂ ਮੁੱਕਣੇ ਇਹਨਾਂ ਨੂੰ ਮਾਰਨ ਵਾਲੇ ਮੁੱਕੇ ਆ ਇਹ ਨਹੀਂ ਮੁੱਕਦੇ ਓਏ ਅਸੀਂ ਉਹ ਆਣੇ ਵਾਲੇ ਤੀਰ ਹਾਂ ਜੋ ਕਦੇ ਨਾ ਉੱਕੇ ਅਸੀਂ ਜ਼ਾਲਮ ਦੀ ਹੇਕ ਮਾਰ ਕੇ ਲੰਘ ਜਾਈਏ ਸੁਕੇ ਸੱਚੀ ਗੱਲ ਮੋਦੀਆ ਸਾਡੇ ਤੇ ਮਾਰਨ ਵਾਲੇ ਮੁੱਕ ਗਏ ਅਸੀਂ ਨਹੀਂ ਮੁੱਕੇ ਕਿਉਂ ਨਹੀਂ ਮੁੱਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਹੀ ਏਡੀ ਕੀਤੀ ਆ ਖਾਲਸਾ ਜੀ ਉਹ ਸੱਥ ਵਾਲੀ ਗੱਲ ਉਹ ਗੁਰੂ ਕਾ ਲਾਲ ਉਹ ਕਹਿੰਦਾ ਸੁਣੋ
ਇਹ ਸ਼ਹਾਦਤਾਂ ਦੀ ਹੀ ਖੇਡ ਆ ਅੱਜ ਦੁਨੀਆਂ ਵਿੱਚ ਸਿੱਖਾਂ ਦੀ ਜੈ ਜੈਕਾਰ ਆ ਇਹ ਜਿਹੜੇ ਸ਼ਹੀਦ ਹੋਏ ਨਾ ਇਹਨਾਂ ਸ਼ਹੀਦਾਂ ਦੇ ਸਦਕਾ ਹੀ ਦੁਨੀਆਂ ਦੇ ਵਿੱਚ ਅੱਜ ਖਾਲਸੇ ਦੀਆਂ ਜੈ ਜੈਕਾਰਾਂ ਹੋ ਰਹੀਆਂ ਇਹ ਸ਼ਹੀਦਾਂ ਦਾ ਲਹੂ ਜਦੋਂ ਜਦੋਂ ਵੀ ਜੁਲਦਾ ਇਹ ਕਦੇ ਵੀ ਵਿਅਰਥਾ ਨਹੀਂ ਜਾ ਸਕਦਾ ਆਓ ਇੱਕ ਇੱਕ ਪੈਰਾ ਆਪ ਜੀ ਸਰਵਣ ਕਰ ਲਓ ਫਿਰ ਸਮਾਪਤੀ ਹੋਵੇਗੀ ਦੱਸਦਾ ਏ ਸੁਈਆ ਦੱਸਦਾ ਜਸੂਸ ਦਿੱਲੀ ਜਾ ਕੇ ਰਾਣੀ ਨੂੰ ਦੱਸਦਾ ਏ ਸੁਈਆ ਦਿੱਲੀ ਜਾ ਕੇ ਰਾਣੀ ਨੂੰ ਉਹ ਤੀਰ ਵਾਲੇ ਹਾਂ ਤੀਰ ਵਾਲੇ ਬਾਬੇ ਦੀ ਮੈਂ ਖੋਜ ਵੇਖੀ ਇੱਕ ਹੀ ਨਾ ਸ਼ੇਰ ਹੁੰਦਾ ਮਾਣ ਬੀਬੀ ਜੀ ਬਾਬਰ ਸ਼ਰਾ ਦੀ ਉੱਥੇ ਫੌਜ ਵੇਖੀ ਨਾਲੇ ਕੁਝ ਹੌਲੀ ਹੌਲੀ ਬੋਲਦੇ ਨੇ ਉਹ ਨਾਲ ਪਾਣੀ ਬੋਲਦੇ ਨੇ ਨਾਲੇ ਕੁਝ ਹੌਲੀ ਹੌਲੀ ਬੋਲਦੇ ਨੇ ਜਿਹੜਾ ਤਿਲਕਾਰੀ ਦਮ ਖੋਲਾ ਮਾਤ ਨੂੰ ਕਰਾਮਾਤ ਹੁੰਦੀ ਉੱਥੇ ਰੋਜ਼ ਵੇਖੀਏ ਭਾਈ ਅਮਰੀਕ ਸਗਨਰੀ ਰੋਬ ਬਾਬੇ ਠਾਰਾ ਸਿੰਘ ਦਾ ਅਲੱਗ ਰੋਬ ਬਾਬੇ ਠਾਰਾ ਸਿੰਘ ਦਾ ਅਲੱਗ ਹੈ ਭਾਈ ਅਮਰੀਕ ਸਿੰਘ ਨਰੀ ਅਗ ਰੋਬ ਬਾਬੇ ਠਾਰਾ ਸਿੰਘ ਦਾ ਅਲੱਗ ਹੈ ਸਿੰਘੀ ਦਾ ਅਲੱਗ ਹੈ ਜਰਨਲ ਸਬੇਗ ਸਿੰਘ ਭੱਦੀ ਮਾਰਤੇ ਮੂਵਮੈਂਟ ਹੋ ਕੇ ਮੈਂ ਕਲੋਜ ਵੇਖੀਏ ਇੱਕ ਹੀ ਨਾ ਸ਼ੇਰ ਹੁੰਦਾ ਮਾਣ ਬੀਬੀ ਜੀ ਬੱਬਰ ਸ਼ਰਾ ਦੀ ਉੱਥੇ ਫੌਜ ਵੇਖੀਏ ਤੁਸੀਂ ਆਖੋ ਉਹਨਾਂ ਨੂੰ ਖਰੀਦ ਲੈਨੇ ਆ ਸਿੱਖੀ ਉਹਨਾਂ ਵਾਸਤੇ ਮੈਂ ਬੋਝ ਵੇਖੀਏ ਇੱਕ ਹੀ ਨਾ ਸ਼ੇਰ ਹੁੰਦਾ ਮਾਣ ਬੀਬੀ ਜੀ ਬੱਬਰ ਸ਼ੇਰਾਂ ਦੀ ਉੱਥੇ ਫੌਜ ਵੇਖੀਏ ਰਸ਼ੀਆ ਦੇ ਜੂਗੇ ਨਾ ਵਿਚਾਰ ਕਰੀ ਲਓ ਛੇਤੀ ਛੇਤੀ ਫੌਜਾਂ ਨੂੰ ਤਿਆਰ ਕਰ ਲਾ ਰਸ਼ੀਆ ਦੇ ਯੂਕਰੇਨ ਵਿਚਾਰ ਕਰ ਲਾ ਛੇਤੀ ਛੇਤੀ ਫੌਜਾਂ ਨੂੰ ਤਿਆਰ ਕਰ ਲਾ ਆਖ ਦਾ ਗੁਰਾਇਆ ਸਿੱਖਾਂ ਲਈ ਜੋ ਦਿੱਲੀ ਦੀ ਐਨੀ ਮਾੜੀ ਕਿਸੇ ਦੀ ਨਾ ਸੋਚ ਵੇਖੀ ਓਏ ਆਖਦਾ ਗੁਰਾਇਆ ਸਿੰਘਾਂ ਲਈ ਜੋ ਦਿੱਲੀ ਦੀ ਦਿੱਲੀ ਵਾਲਿਆਂ ਦੀ ਸੋਚ ਸਾਡੇ ਵਾਸਤੇ ਕਦੇ ਵੀ ਚੰਗੀ ਨਹੀਂ ਹੋਈ ਔਰ ਨਵਾਂ ਨਗਮਾ ਜਿਹੜਾ ਚਮਕੌਰ 284 ਅਤੇ ਯੋਧਾ ਦੋ ਉਹ ਆਇਓ ਨੈੱਟ 'ਤੇ ਜ਼ਰੂਰ ਸੁਣਿਓ ਉਹਦੀਆਂ ਦੋ ਗਲਾਈਨਾਂ ਹੱਲੇ ਦੇ ਨਾਲ ਹੀ ਸੁਣਾ ਦਿਓ ਚਮਕੌਰ 284 ਵਾਲੀਆਂ ਮਾੜੀ ਨੀਤ ਨਾ ਆਏ ਸੀ ਜੋ ਮੰਗੂ ਸ਼ਾਏ ਸੀ ਜੋ ਮਾੜੀ ਨੀਤ ਨਾ ਆਏ ਸੀ ਜੋ
पल विच उड़ ला दे मोर जा पापी दे मोर गड़ी जड़ी मोर गड़ी फिर याद कराती सिंगा विच जरासी दे मोर गड़ी फिर याद कराती सिंगा विच जरासी दे जद पापी ने सिद्धियां गोलियां डाकियां बल हर मंदिर दे सारे सिंह शहीद जाग पाती वाले दे अंदर दे नगमे आप जी जरूर सुने हो, बहुत गुणी जन बैठे हो और बेनती करनी संगत नूं प्रेम नाल सारयां दे विचार सुनियो, सिर जोड़ के बैठण दा वेला जे और एक दूजे दे विचार सुन के उन्हां ते चलीए। अमृतपाल सिंह जी वीरे दा बहुत धन्नवाद, सारे गुरमुख प्यारियां दा धन्नवाद। महाराज चढ़दियां कलां च रखे तुहानूं, साउंड वाले मीडिया वाले सारे वीर आओ उन्हां शहीदां दे चरणां विच जकारे गजा के समाप्ति करिए। गज गज कर गजा ਸ਼ਹੀਦਾਂ ਸਿੰਘਾਂ ਦੇ ਮਰਨ ਭਾਵੇ ਸਤਿ ਸ੍ਰੀ ਅਕਾਲ ਗੋਬਰੀ ਅਕਾਲ ਚਿੱਠੀਆਂ ਬਾਜਾਂ ਵਾਲੇ ਸਰਦਾਰ ਰੱਖ ਲੈ ਬਰਦ ਬਾਏ ਦੀ ਲਾਜ ਕਪਤਾਨ ਸ਼ਹੀਦਾਂ ਸਿੰਘਾਂ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਗੋਬਰੀ ਅਕਾਲ ਬਹੁਤ ਤੇਗ ਫਤਿਹ ਪੰਥ ਜੀ ਜਿੰਦਾ ਰਾਜ ਕਰੇ कृपा करन। धन्यवाद फिर वीर अमृतपाल सिंह जी, वीर गुरप्रीत सिंह जी जुदास दे नाल भी सेवा निभाउंदे रहे, अज अपना काम काज करते ने और मोर्चे दे नाल सारी जुड़े हुए ने। गुरु कृपा करे सारयां नूं चढ़दी कला विच रखे, भुल्लां दी मुआफी जी। आओ सुनो अगला प्रोग्राम और आप सब नूं बेनती सारयां ने प्रेम दे नाल सुन के जाना। वाहिगुरु जी का खालसा वाहिगुरु वाहिगुरु जी की फतेह।